सत श्री अकाल जी, साडा रेडियो सारिआं दा स्वागत है। हर रोज दी तरह असीं खबरां लै के हाजिर हो गए हां। मैं हां हरमनप्रीत कौर ते गल्लबात करांगे सीनियर पत्रकार स्वरण सिंह सैना जी दे नाल। सैना सर, बहुत बहुत स्वागत है जी प्रोग्राम च। बड़ी मेहरबानी जी, तुहाडा बहुत बहुत धन्नवाद जी, ते साडे वाला रेडियो सुनने वाले सारे ही परिवारक मैंबरां नूं सत श्री अकाल जी। ਤੇ ਸਭ ਤੋਂ ਪਹਿਲਾਂ ਤਾਂ ਕਾਂਗਰਸ ਹਾਈਕਮਾਨ ਦੀ ਗੱਲ ਹੀ ਕਰ ਲੈਂਦੇ ਹਾਂ ਜੀ। ਕਾਂਗਰਸ ਹਾਈਕਮਾਨ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਉੱਪਰ ਭਰੋਸਾ ਜਤਾਇਆ ਜੀ। ਦੇਖੋ ਜੀ, ਗੱਲ ਇਹ ਹੈ ਵੀ ਕਾਂਗਰਸ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ ਆ। ਇਸ ਕਾਂਗਰਸ ਵਰਕਿੰਗ ਕਮੇਟੀ ਦੀ ਚੋਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹੜੇ ਸਾਬਕਾ ਮੁੱਖ ਮੰਤਰੀ, ਜਿਹੜੇ ਕਿ ਦੋ ਥਾਵਾਂ ਤੋਂ ਹਾਰੇ ਆ ਐਤਕੀ, ਤੇ ਉਹਨਾਂ ਦੇ ਉੱਤੇ ਭਰੋਸਾ ਪ੍ਰਗਟਾਇਆ ਗਿਆ, ਉਹਨਾਂ ਨੂੰ ਇਸ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਲੈ ਲਿਆ ਗਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹਦੇ ਪਿੱਛੇ ਕਿਹੜੇ ਕਾਰਨ ਹੈ ਤਾਂ ਆਪਾਂ ਕਹਿ ਨਹੀਂ ਸਕਦੇ। ਹੋ ਸਕਦਾ ਸਿੱਧੂ ਸਾਹਿਬ ਨੂੰ ਕਿਤੇ ਹੋਰ ਐਡਜਸਟ ਕਰਨ ਦੀ ਯੋਜਨਾ ਹੋਵੇ, ਹੋ ਸਕਦਾ ਵੀ ਭਾਈ ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਨਾ ਖੁਸ਼ ਹੋਵੇ ਪਾਰਟੀ, ਪਰ ਸਿੱਧੂ ਨੂੰ ਲਾਂਭੇ ਕਰ ਦੇਣਾ ਤੇ ਚੰਨੀ ਦੇ ਉੱਤੇ ਭਰੋਸਾ ਪ੍ਰਗਟਾਉਣਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈਗਾ। ਦੂਜੀ ਗੱਲ ਇਹ ਜੀ ਕਿ ਇਸ CWC ਦੀ ਜਿਹੜੀ ਆ ਸੂਚੀ, ਇਹਦੇ ਵਿੱਚ ਮਨੀਸ਼ ਤਿਵਾੜੀ ਵੀ ਹੈ ਤੇ ਇਹਦੇ ਵਿੱਚ ਅੰਬਿਕਾ ਸੋਨੀ ਵੀ ਹੈ। ਅੰਬਿਕਾ ਸੋਨੀ ਦੇ ਬਾਰੇ ਆਪਾਂ ਜਾਣਦੇ ਜੀ ਕਿ ਸੁਨੀਲ ਜਾਖੜ ਦੇ ਨਾਲ ਕਿਸਾ ਇੱਟ ਖੜਿਕਾ ਚੱਲਿਆ ਸੀ, ਤੇ ਚਰਨਜੀਤ ਸਿੰਘ ਚੰਨੀ ਨੂੰ ਮੂਹਰੇ ਕਰਨ ਦਾ ਮਤਲਬ ਸ਼ਾਇਦ ਇਹ ਹੋਵੇ ਕਿ ਦਲਿਤ ਭਾਈਚਾਰਾ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਤੋਂ ਪ੍ਰਭਾਵਿਤ ਹੈਗਾ। ਤੁਹਾਨੂੰ ਯਾਦ ਹੋਣਾ ਵੀ ਜਦੋਂ ਆ ਜਲੰਧਰ ਦੀ ਜ਼ਿਮਨੀ ਚੋਣ ਹੋਈ ਸੀ ਹੁਣੇ ਹੁਣੇ, ਤੇ ਉਸ ਵਕਤ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪ੍ਰਚਾਰ ਖੂਬ ਕੀਤਾ ਗਿਆ ਸੀ। ਉਹ ਬੱਲਾਂ ਵਾਲੇ ਸੰਤਾਂ ਦੇ ਡੇਰੇ ਦੇ ਵਿੱਚ ਵੀ, ਹੋਰ ਵੱਖ ਵੱਖ ਥਾਵਾਂ ਦੇ ਉੱਤੇ ਵੀ ਚੰਗਾ ਆਪਣਾ ਭਾਸ਼ਣ ਦੇ ਕੇ ਵੀ ਗਏ ਸੀ, ਤੇ ਚੰਗੀ ਗੱਲਬਾਤ, ਚੰਗਾ ਉਹਨਾਂ ਨੇ ਆਧਾਰ ਵੀ ਸਥਾਪਿਤ ਕੀਤਾ ਸੀ। ਸ਼ਾਇਦ ਇਹਨਾਂ ਗੱਲਾਂ ਦੇ ਕਰਕੇ ਉਹਨਾਂ ਨੂੰ ਮੂਹਰੇ ਕੀਤਾ ਗਿਆ ਹੋਵੇ। ਅਗਲੀ ਗੱਲ ਇਹ ਆ ਕਿ ਉਹ ਚਮਕੌਰ ਸਾਹਿਬ ਤੋਂ ਵੀ ਹਾਰੇ ਤੇ ਉਹ ਭਦੌੜ ਤੋਂ ਵੀ ਹਾਰੇ। ਦੋਵਾਂ ਥਾਵਾਂ ਤੋਂ ਹਾਰਨ ਦੇ ਬਾਵਜੂਦ ਉਹਨਾਂ ਨੂੰ ਪਾਰਟੀ ਦੇ ਵਿੱਚ ਇਸ ਤਰੀਕੇ ਦਾ ਸਨਮਾਨ ਮਿਲਿਆ। ਸੋ ਬਾਕੀ ਕਈਆਂ ਨੂੰ ਪਰੇ ਕਰ ਦਿੱਤਾ ਗਿਆ। ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਕਮੇਟੀ ਦੇ ਵਿੱਚ ਹੈਗੇ ਆ। ਸੋ ਗੱਲ ਤਾਂ ਇਹ ਜੀ ਕਿ ਇਸ ਵੇਲੇ ਕਾਂਗਰਸ ਪਾਰਟੀ ਆ ਜਿਹੜੀ ਉਹ ਕਈ ਤਰ੍ਹਾਂ ਦੇ ਮੋੜ ਦੇ ਵਿੱਚੋਂ ਨਿਕਲ ਰਹੀ ਆ। ਪਰ ਸਿੱਧੂ ਸਾਹਿਬ ਦਾ ਕੀ ਕਾਰਨ ਹੋਇਆ ਇਹਦੇ ਪਿੱਛੇ, ਜਾਂ ਤਾਂ ਇਹ ਕਾਰਨ ਹੈ ਜੀ ਕਿ ਪਾਰਟੀ ਉਹਨਾਂ ਨੂੰ ਕੋਈ ਨੈਸ਼ਨਲ ਲੈਵਲ ਦੀ ਜ਼ਿੰਮੇਵਾਰੀ ਦੇਣੀ ਚਾਹੁੰਦੀ ਹੈ। ਸੋ ਨੈਸ਼ਨਲ ਲੈਵਲ ਦੀ ਜ਼ਿੰਮੇਵਾਰੀ ਨਾਲੋਂ ਉਹ ਪੰਜਾਬ ਦੇ ਵਿੱਚ ਸਰਗਰਮ ਰਹਿਣਾ ਠੀਕ ਸਮਝਦੇ ਹੁੰਦੇ ਆ। ਪੰਜਾਬ ਦੇ ਵਿੱਚ ਉਹਨਾਂ ਨੂੰ CWC ਦਾ ਮੈਂਬਰ ਨਹੀਂ ਬਣਾਇਆ ਗਿਆ। ਹੋ ਸਕਦਾ ਵੀ ਉਹ ਆਪਣੀ ਪਤਨੀ ਦੇ ਇਲਾਜ ਦੇ ਵਿੱਚ ਇਸ ਵੇਲੇ ਬਿਜ਼ੀ ਆ, ਤੇ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਲਾਂਭੇ ਕੀਤਾ ਗਿਆ ਹੋਵੇ ਵੀ ਚਲੋ ਇਹ ਪਹਿਲਾਂ ਉੱਧਰ ਆਪਦੇ ਰੁਝੇਵੇਂ ਸਮਾਪਤ ਕਰ ਲੈਣ, ਉੱਧਰ ਤੰਦਰੁਸਤ ਹੋ ਜਾਣ ਉਹਨਾਂ ਦੀ ਪਤਨੀ। ਤੇ ਅਗਲੀ ਗੱਲ ਇਹ ਵੀ ਸਿੱਧੂ ਸਾਹਿਬ ਤੇ ਉਹਨਾਂ ਦੇ ਸਮਰਥਕ ਪਿਛਲੇ ਕੁਝ ਕੁ ਸਮੇਂ ਤੋਂ ਗੁੱਸੇ ਕਿਲੇ ਦੇ ਵਿੱਚ ਵੀ ਆ ਵੀ ਭਾਈ ਸਾਨੂੰ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚੋਂ ਆਇਆ, ਹਾਰਨ ਤੋਂ ਬਾਅਦ ਜਿਹੜੀ ਜ਼ਿਮਨੀ ਚੋਣ ਲੋਕ ਵਿਧਾਨ ਸਭਾ ਦੀ ਚੋਣ, ਤੇ ਕਦੇ ਉਹਨਾਂ ਦੇ ਕੋਲੇ ਕੋਈ ਅਹੁਦਾ ਆਇਆ ਹੀ ਨਹੀਂ। ਉਹ ਜੋ ਕੁਝ ਵੀ ਹੈ ਸਿੱਧੂ ਸਾਹਿਬ ਉਹ ਸਾਬਕਾ ਹੀ ਆ, ਭਾਵੇਂ ਉਹ ਵਿਧਾਇਕ ਆ ਉਹ ਵੀ ਸਾਬਕਾ, ਭਾਵੇਂ ਮੰਤਰੀ ਆ ਉਹ ਵੀ ਸਾਬਕਾ, ਭਾਵੇਂ ਪ੍ਰਧਾਨ ਆ ਉਹ ਵੀ ਸਾਬਕਾ, ਭਾਵੇਂ MP ਆ ਉਹ ਵੀ ਸਾਬਕਾ, ਮਤਲਬ ਹਰ ਪਾਸੇ ਉਹ ਸਾਬਕਾ ਹੀ ਹੈ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਸਿੱਧੂ ਸਮਰਥਕ ਇਸ ਗੱਲ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਆ, ਪਰ ਐਤਕੀ ਇਹ ਚੰਨੀ ਸਾਹਿਬ ਦੇ ਲਈ ਖੁਸ਼ੀ ਵਾਲੀ ਖਬਰ ਆ, ਤਸੱਲੀ ਵਾਲੀ ਖਬਰ ਆ ਕਿ ਉਹਨਾਂ ਨੂੰ ਦੋਵਾਂ ਥਾਵਾਂ ਤੋਂ ਹਾਰਨ ਦੇ ਬਾਵਜੂਦ ਪਾਰਟੀ ਦੇ ਵੱਲੋਂ ਸਨਮਾਨ ਦਿੱਤਾ ਗਿਆ। ਇਹ ਉਹ ਵੇਲਾ ਜਦੋਂ ਕਾਂਗਰਸ ਕਾਫੀ ਔਖੇ ਦੌਰ ਚੋਂ ਨਿਕਲਦੀ ਆ, ਇਹ ਉਹ ਵੇਲਾ ਜਦੋਂ ਕਾਂਗਰਸ ਦੇ ਵੱਖ ਵੱਖ ਨੇਤਾਵਾਂ ਨੂੰ ਵਿਜੀਲੈਂਸ ਨੇ ਹੱਥ ਪਾਇਆ, ਤੇ ਇਹ ਉਹ ਵੇਲਾ ਜਦੋਂ ਕਾਂਗਰਸ ਇਹ ਗੱਲ ਕਹਿੰਦੀ ਜੀ ਕਿ ਅਸੀਂ ਮਿਲ ਕੇ ਚੱਲਾਂਗੇ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ। ਤੁਸੀਂ ਦੇਖੋ ਵੀ ਇਸ ਸੂਚੀ ਦੇ ਵਿੱਚ ਜਿਹੜੇ ਜਿਹੜੇ ਨੇਤਾ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਸਾਂਝ ਭੈਲੀ ਰੱਖਣੀ ਹੀ ਨਹੀਂ, ਉਹਨਾਂ ਦੇ ਵਿੱਚੋਂ ਕਿਸੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ 2024 ਦੇ ਮੱਦੇਨਜ਼ਰ ਸਾਰੀ ਤਿਆਰੀ ਸੋਚੀ ਹੋਵੇ ਉਹਨਾਂ ਨੇ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਕਾਂਗਰਸ ਜਿਹੜੀ ਕਿ ਉਤਰਾਅ ਚੜ੍ਹਾਅ ਦੇ ਵਿੱਚੋਂ ਨਿਕਲ ਰਹੀ ਹੈ, ਉਹਨੂੰ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਵਾਲੀ ਸਥਿਤੀ ਅੱਜ ਕੱਲ੍ਹ ਬਣੀ ਹੋਈ ਹੈ, ਤੇ ਚੰਨੀ ਸਾਹਿਬ ਦੇ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਦੋ ਥਾਵਾਂ ਤੋਂ ਹਾਰਨ ਦੇ ਬਾਵਜੂਦ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਪਾ ਲਏ ਗਏ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ, ਪਰ ਦੂਸਰੇ ਪੱਲੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਕਲੇਸ਼ ਉਹ ਵੀ ਸਾਹਮਣੇ ਆ ਰਿਹਾ ਹੈ ਜੀ, ਕੀ ਗੱਲ ਬਣ ਗਈ? ਦੇਖੋ ਜੀ, ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਇਹ ਖਬਰਾਂ ਆਉਂਦੀਆਂ, ਕਦੇ ਕੋਈ ਖਬਰ ਆ ਗਈ ਕਦੇ ਕੋਈ ਖਬਰ ਆ ਗਈ, ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ। ਹਰ ਰੋਜ਼ ਕਾਂਗਰਸ ਦੇ ਵਿੱਚ ਕਲੇਸ਼, ਹਰ ਰੋਜ਼ ਕਿਸੇ ਹੋਰ ਪਾਰਟੀ ਦੇ ਵਿੱਚ ਕਲੇਸ਼, ਕਲੇਸ਼ ਦਰ ਕਲੇਸ਼ ਹੀ ਚੱਲ ਰਿਹਾ। ਮੈਂ ਤਾਂ ਕਦੇ ਕਦੇ ਸੋਚਦਾ ਵੀ ਇਹ ਕਲੇਸ਼ਾਂ ਤੋਂ ਮੁਕਤੀ ਵਾਲੀ ਗੱਲ ਕਦੇ ਦਿਸਦੀ ਹੀ ਨਹੀਂ। ਅੱਜ ਦੇਖੋ ਕਾਂਗਰਸ ਦੇ ਵਿੱਚ ਕਲੇਸ਼ ਇਸ ਗੱਲੋਂ ਆ ਵੀ ਭਾਈ ਇੰਡੀਆ ਗਠਜੋੜ ਆ ਜਿਹੜਾ ਉਹਦੇ ਨਾਲ ਮਤਲਬ ਕੀ ਬਣਦਾ, ਕਿਉਂਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਨਿੱਤੇ ਗੱਲ ਕਹਿੰਦੀ ਵੀ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਭ੍ਰਿਸ਼ਟ ਸੀ, ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ, ਇਸੇ ਕਰਕੇ ਵਿਜੀਲੈਂਸ ਦੇ ਵੱਲੋਂ ਪਿਛਲੇ ਮੰਤਰੀਆਂ ਦੇ ਉੱਤੇ, ਪਿਛਲੇ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਚਲੋ ਅਸੀਂ ਮੰਨ ਲਿਆ
ਵੀ ਭਾਈ ਉਹ ਭ੍ਰਿਸ਼ਟ ਸੀ, ਤੁਸੀਂ ਕਾਰਵਾਈ ਕਰ ਰਹੇ ਆ, ਪਰ ਫਿਰ ਤੁਸੀਂ ਕਹਿੰਦੇ ਵੀ ਭਾਈ ਗੱਠਜੋੜ ਦੇ ਵਿੱਚ ਵੀ ਹਿੱਸੇਦਾਰ ਹੋਣੇ ਚਾਹੀਦੇ 2024 ਦੇ ਲਈ। ਤੁਸੀਂ ਤਾਂ ਵੈਸੇ ਹੀ ਇਹਨਾਂ ਨੂੰ ਕਹੋ ਨਾ ਵੀ ਨਾ ਅਸੀਂ ਤਾਂ ਨਹੀਂ ਗੱਠਜੋੜ ਕਰਨਾ ਯਾਰ, ਤੁਸੀਂ ਤਾਂ ਭ੍ਰਿਸ਼ਟ ਹੋ। ਸੋ ਜਾਂ ਤਾਂ ਉਹ ਭ੍ਰਿਸ਼ਟ ਨਹੀਂ ਗਏ ਤੇ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਹੁਣ ਭ੍ਰਿਸ਼ਟਾਚਾਰੀਆਂ ਦੀ ਲੋੜ ਆ। ਹੁਣ ਗੱਲ ਇਹ ਆ, ਸੋ ਇਸ ਗੱਲ ਕਰਕੇ ਪੰਜਾਬ ਦੇ ਕਈ ਕਾਂਗਰਸੀ ਇਸ ਗੱਲ ਤੇ ਖਫਾ ਵੀ ਸਟੈਂਡ ਹੀ ਕੋਈ ਨਹੀਂ ਸਾਡੀ ਹਾਈਕਮਾਨ ਦਾ, ਵੀ ਉਹ ਚਾਹੁੰਦੇ ਜੀ ਕਿ ਸਾਡੀ ਹਾਈਕਮਾਨ ਆ ਜਿਹੜੀ ਉਹ ਇਸ ਮਾਮਲੇ ਦੇ ਉੱਤੇ ਸਖਤ ਸਟੈਂਡ ਲਵੇ। ਉਹ ਚਾਹੁੰਦੇ ਜੀ ਕਿ ਇਸ ਮਾਮਲੇ ਦੇ ਵਿੱਚ ਵੱਧ ਤੋਂ ਵੱਧ ਉਹ ਸਾਨੂੰ ਕੋਈ ਸਪਸ਼ਟ ਗੱਲ ਕਰੇ ਵੀ ਆਪਾਂ ਖੜੇ ਕਿਹੜੇ ਪਾਸੇ ਹਾਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਤਾਂ ਸਾਹਿਬ, ਤੇ ਉਧਰ ਅਕਾਲੀ ਦਲ ਦੀ ਗੱਲ ਵੀ ਕਰਨੀ ਬਣਦੀ ਹੈ ਜੀ। ਇੱਥੇ ਅਕਾਲੀ ਦਲ ਦੁਬਾਰਾ ਤੋਂ ਇੱਕ ਵਾਰ ਜਿਉਂਦਾ ਹੋਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਜੀ। ਦੇਖੋ ਇਹ ਹੈ ਜੀ ਕਿ ਅਕਾਲੀ ਦਲ ਦੇ ਮੂਹਰੇ ਚੁਣੌਤੀ ਤਾਂ ਬਹੁਤ ਵੱਡੀ ਹੈ। ਮੈਨੂੰ ਕੱਲ ਸੱਜਣ ਨੇ ਇਹ ਗੱਲ ਕਹੀ, ਕਹਿੰਦੇ ਦੇਖੋ ਜੀ ਆਮ ਆਦਮੀ ਪਾਰਟੀ ਦਾ ਨਾ ਗ੍ਰਾਫ ਥੱਲੇ ਆ ਰਿਹਾ। ਮੈਂ ਕਿਹਾ ਜੀ ਚਲੋ ਠੀਕ ਆ, ਬਿਲਕੁਲ ਮੰਨ ਲੈਂਦੇ ਹਾਂ, ਪਰ ਇਹ ਦੱਸੋ ਵੀ ਉੱਪਰ ਕਿਹਦਾ ਜਾ ਰਿਹਾ। ਦੇਖੋ ਜੇ ਮੰਨ ਲਓ ਆਮ ਆਦਮੀ ਪਾਰਟੀ ਆਪਾਂ ਕਹਿੰਦੇ ਵੀ 100 ਤੋਂ 60 ਤੇ ਆ ਗਈ, ਤਾਂ ਇਹ ਦੱਸੋ ਵੀ ਜਿਹੜੇ ਪਹਿਲਾਂ 20 ਤੇ ਸੀ ਉਹ 40 ਤੇ ਆਏ ਕਿ ਨਹੀਂ ਆਏ? ਉਹ ਤਾਂ 20 ਤੋਂ 15 ਤੇ ਆ ਗਏ, ਤੇ ਆਮ ਆਦਮੀ ਪਾਰਟੀ 100 ਤੋਂ 60 ਤੇ ਆ ਗਈ, ਤਾਂ ਉਹ ਤਾਂ ਉੱਪਰ ਫੇਰ ਵੀ ਹੈਗੀ ਆ। ਮੁਕਾਬਲੇ ਵਾਲੀ ਧਿਰ ਤਾਂ ਹਾਲੇ ਤੱਕ ਅੱਜ ਫੇਰ ਵੀ ਕੋਈ ਨਹੀਂ ਗੀ। ਦੇਖੋ ਤੁਸੀਂ ਵੀ ਕੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਦੇ ਕਰਦੇ ਇਸ ਵੇਲੇ ਅਕਾਲੀ ਦਲ ਜਿਉਂਦਾ ਹੈ, ਅਕਾਲੀ ਦਲ ਨੂੰ ਪੁੱਛਦਾ ਕੋਈ ਨਹੀਂ, ਕਾਂਗਰਸ ਦੇ ਦਾ ਵਜੂਦ ਕੋਈ ਨਹੀਂ, ਬੀਜੇਪੀ ਦਾ ਪੰਜਾਬ 'ਚ ਆਧਾਰ ਕੋਈ ਨਹੀਂ, ਤੇ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਦਾਰੀ ਹੈ ਹਾਲੇ ਤੱਕ। ਕੱਲ੍ਹ ਦਾ ਮੈਨੂੰ ਪਤਾ ਨਹੀਂ ਗਾ, ਪਰ ਅਗਲੀ ਗੱਲ ਇਹ ਆ ਕਿ ਅਕਾਲੀ ਦਲ ਵੀ ਕੋਸ਼ਿਸ਼ ਕਰ ਰਿਹਾ ਜੀ ਕਿ ਅਸੀਂ ਜਿਉਂਦਿਆਂ ਦੇ ਵਿੱਚ ਹੋ ਜਾਈਏ। ਅਕਾਲੀ ਦਲ ਦੀ ਵੀ ਇੱਛਾ ਇਹੀ ਹੈ ਜੀ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰ ਦਿਖਾਈਏ। ਸੋ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਵਿੱਚ ਆ ਕੇ ਚਰਨਜੀਤ ਸਿੰਘ ਗੁਰਚਰਨ ਸਿੰਘ ਚੰਨੀ ਸੋਰੀ ਗੁਰਚਰਨ ਸਿੰਘ ਚੰਨੀ ਹੋਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਵਾਪਸ ਸ਼ਾਮਲ ਕੀਤਾ। ਲੰਮਾ ਸਮਾਂ ਇਹ ਅਕਾਲੀ ਦਲ ਦੇ ਵਿੱਚ ਹੀ ਸੀ, ਫਿਰ ਪਾਰਟੀ ਦੇ ਨਾਲ ਗਲੇ ਸ਼ਿਕਵੇ ਹੋਏ, ਫਿਰ ਇਹ ਸੰਯੁਕਤ ਅਕਾਲੀ ਦਲ ਦੇ ਵਿੱਚ ਚਲੇ ਗਏ ਸੀਗੇ ਢੀਂਡਸਾ ਗਰੁੱਪ ਦੇ ਵਿੱਚ। ਪਰ ਉੱਥੇ ਆਪਾਂ ਨੂੰ ਪਤਾ ਹੀ ਵੀ ਨਾ ਢੀਂਡਸਾ ਸਾਹਿਬ ਦਾ ਕੁਝ ਬਣਿਆ ਤੇ ਨਾ ਇਹਨਾਂ ਦਾ ਕੁਝ ਬਣਨਾ ਸੀ। ਸੋ ਇਸ ਕਰਕੇ ਇਹ ਵਾਪਸ ਪਾਰਟੀ ਦੇ ਵਿੱਚ ਆ ਗਏ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਆ ਵੀ ਆਉਂਦੇ ਸਮੇਂ ਦੇ ਵਿੱਚ ਬਹੁਤ ਸਾਰੇ ਨੇਤਾ ਹੋਰ ਪਾਰਟੀ ਦੇ ਵਿੱਚ ਵਾਪਸ ਆਉਣਗੇ, ਜਿਹੜੇ ਰੁੱਸ ਗਏ ਹਨ ਉਹਨਾਂ ਨੂੰ ਵਾਪਸ ਮੋੜ ਕੇ ਲਿਆਂਦਾ ਜਾਊਗਾ। ਸੋ ਗੱਲ ਇਹ ਜੀ ਕਿ ਭਾਵੇਂ ਚੰਨੀ ਸਾਹਿਬ ਦੇ ਆਉਣ ਦੇ ਨਾਲ ਕੋਈ ਬਹੁਤ ਵੱਡਾ ਕੋਈ ਰਾਜਨੀਤਿਕ ਫੇਰਬਦਲ ਨਹੀਂ ਹੋਇਆ, ਪਰ ਗੱਲ ਇਹ ਵੀ ਇੱਕ ਖਬਰ ਤਾਂ ਬਣੀ ਵੀ ਭਾਈ ਵਾਪਸ ਆ ਰਹੇ ਹਨ। ਸੋ ਇਹ ਜੀ ਕਿ ਦੇਖੋ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਮੇਰੇ ਖਿਆਲ ਦੇ ਮੁਤਾਬਕ ਯੂਥ ਨਹੀਂ ਨਾਲ ਜੋੜੂਗੀ ਉਸ ਪਾਰਟੀ ਦਾ ਬੁਰਾ ਹਾਲ ਹੋਊਗਾ, ਤੇ ਅੱਜ ਅਕਾਲੀ ਦਲ ਦੇ ਕੋਲ ਵੀ ਉਹਦਾ ਯੂਥ ਨਹੀਂ ਆ ਜਿੱਦਾਂ ਕਿਸੇ ਵੇਲੇ ਹੁੰਦਾ ਸੀ। ਅੱਜ ਲੋੜ ਹੈਗੀ ਯੂਥ ਨੂੰ ਨਾਲ ਜੋੜਨ ਦੀ, ਕਿਉਂਕਿ ਦੇਖੋ ਜੇਕਰ ਇੱਕ ਅਕਾਲੀ ਪਰਿਵਾਰ ਤੁਰ ਜਾਂਦਾ ਤਾਂ ਇਹਦਾ ਮਤਲਬ ਇਹ ਆ ਵੀ ਉੱਥੇ ਗੱਲ ਖਤਮ ਹੋ ਜਾਂਦੀ ਹੈ। ਪਰ ਜਿਹੜਾ ਯੂਥ ਆ ਉਹ ਕਿੰਨਾ ਕੁ ਅਗਰੈਸਿਵ ਆ, ਕਿੰਨਾ ਕੁ ਤਰਕ ਵਾਲਾ, ਕਿੰਨਾ ਕੁ ਸੂਝਵਾਨ ਆ, ਕਿੰਨਾ ਕੁ ਜਿਹੜਾ ਉਹ ਵਫ਼ਾਦਾਰ ਆ, ਕਿੰਨੀ ਕੁ ਮਿਹਨਤ ਕਰਨ ਵਾਲਾ, ਦਿਨ ਰਾਤ ਇੱਕ ਕਰਨ ਵਾਲਾ ਹੈ ਕਿ ਨਹੀਂ ਹੈ, ਉਹ ਸੋਸ਼ਲ ਮੀਡੀਆ 'ਤੇ ਕਿੰਨਾ ਕੁ ਸਰਗਰਮ ਆ, ਆਪਣੀ ਮੁਹਿੰਮ ਨੂੰ ਕਿਵੇਂ ਪਾਰਟੀ ਨਾਲ ਜੋੜ ਕੇ ਚੱਲਦਾ, ਇਹ ਸਾਰੀਆਂ ਗੱਲਾਂ ਨਿਰਭਰ ਕਰਦੀਆਂ। ਬਾਕੀ ਹਾਲੇ ਉਹ ਗੱਲ ਉਵੇਂ ਦੀ ਉਵੇਂ ਹੀ ਆ ਵੀ ਕੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋ ਸਕੂ ਕਿ ਨਹੀਂ, ਕੀ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਕੇ ਚੋਣ ਲੜਨਗੇ 2024 ਦੀ ਜਾਂ ਨਹੀਂ, ਇਹ ਸਾਰੀਆਂ ਗੱਲਾਂ ਲੋਕਾਂ ਦੀ ਸਮਝ ਦਾ ਹਿੱਸਾ ਹਾਲੇ ਬਣ ਨਹੀਂ ਰਹੀਆਂ। ਹਾਲਾਂਕਿ ਆਸ ਇਸ ਗੱਲ ਦੀ ਕਰਨੀ ਬਣਦੀ ਆ ਕਿ ਦੋਨੋਂ ਪਾਰਟੀਆਂ ਲੋੜ ਮੁਤਾਬਕ ਇੱਕ ਹੋ ਹੀ ਜਾਣਗੀਆਂ, ਪਰ ਹਾਲੇ ਤੱਕ ਅਫੀਸ਼ੀਅਲ ਤੌਰ ਦੇ ਉੱਤੇ ਕਦੇ ਕੋਈ ਐਲਾਨ ਨਹੀਂ ਹੋਇਆ। ਹਾਂ ਤੀਜੇ ਕੁ ਮਹੀਨੇ ਕੋਈ ਨਾ ਕੋਈ ਚਰਚਾ ਜ਼ਰੂਰ ਚੱਲਦੀ ਹੁੰਦੀ ਆ, ਗੱਠਜੋੜ ਹੋਣ ਦੀ ਸੰਭਾਵਨਾ ਬਣੀ, ਸੁਖਬੀਰ ਬਾਦਲ ਨੂੰ ਮਿਲੇਗੀ ਕਾਰ ਝੰਡੀ ਵਾਲੀ ਕੇਂਦਰ ਦੇ ਵੱਲੋਂ, ਸੋ ਪਹਿਲਾਂ ਵਾਲੇ ਰਿਸ਼ਤੇ ਫੇਰ ਬਣ ਜਾਣਗੇ। ਪਰ ਉਸ ਤੋਂ ਬਾਅਦ ਅਚਾਨਕ ਖਬਰ ਆਉਂਦੀ ਕਿਸੇ ਨਾ ਕਿਸੇ ਬੀਜੇਪੀ ਨੇਤਾ ਦੀ ਕਿ ਨਹੀਂ ਅਸੀਂ ਨਹੀਂ ਗੱਠਜੋੜ ਕਰਨਾ। ਸੋ ਇਹ ਜੀ ਕਿ ਅਕਾਲੀ ਦਲ ਦੇ ਲਈ ਵੀ ਔਖਾ ਵੇਲਾ ਤੇ ਬਾਕੀ ਪਾਰਟੀਆਂ ਦੇ ਲਈ ਵੀ, ਤੇ ਵੇਖਦੇ ਹਾਂ ਵੀ ਇਸ ਔਖ ਦੇ ਵਿੱਚੋਂ ਨਿਕਲਦੇ ਕਿਵੇਂ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਖੈਰਾ ਹੜਾਂ ਦੀ ਮਾਰ ਦੀ ਗੱਲ ਵੀ ਕਰ ਲਈ ਹੈ ਜੀ ਪੰਜਾਬ ਦੇ ਵਿੱਚ, ਕਹਿੰਦੇ ਹੜ ਦੀ ਜਿਹੜੀ ਮਾਰ ਆ ਉਹ ਘਟਣ ਲੱਗੀ ਹੈ ਜੀ ਹੁਣ। ਦੇਖੋ ਪਹਿਲੀ ਗੱਲ ਤਾਂ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਥੋੜੀ ਕੁ ਘਟੀ ਆ, ਮੈਂ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਘਟ ਗਈ ਆ, ਪਰ ਇਹ ਵੀ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਵਿੱਚ ਪ੍ਰਭਾਵ ਉਵੇਂ ਹੀ ਆ ਪਹਿਲਾਂ ਵਾਂਗੂ ਹੀ ਆ। ਹੜ੍ਹ ਦੀ ਮਾਰ ਥੋੜੀ ਜਿਹੀ ਘਟੂਗੀ ਜਿਵੇਂ ਜਿਵੇਂ ਪਾਣੀ ਲੱਥੂਗਾ, ਤੇ ਉਵੇਂ ਉਵੇਂ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਆ ਜਿਹੜੀ ਘਟੂਗੀ। ਪਰ ਮੇਰੇ ਮੂਹਰੇ ਇੱਕ ਹੋਰ ਰਿਪੋਰਟ ਪਈ ਆ, ਉਹਦੇ 'ਚ ਇਹ ਆ ਜੀ ਕਿ ਹੜ੍ਹਾਂ ਦੇ ਕਰਕੇ ਕਈ ਘਰ ਡਿੱਗ ਪਏ ਆ, ਲੋਕ ਖੁੱਲ੍ਹੇ ਅਸਮਾਨ ਥੱਲੇ ਰਹਿਣ ਵਾਸਤੇ ਮਜਬੂਰ ਆ, ਹਰੀ ਕਿਤੇ ਨੇੜੇ ਟੁੱਟਿਆ ਧੁੱਸੀ ਬੰਨ, ਤੇ ਹਜ਼ਾਰਾਂ ਏਕੜ ਫਸਲ ਇੱਥੇ ਪ੍ਰਭਾਵਿਤ ਹੋਈ ਆ। ਸਤਲੁਜ ਕਰਕੇ ਫਾਜ਼ਿਲਕਾ ਖੇਤਰ ਦੇ ਵਿੱਚ ਭਾਰੀ ਨੁਕਸਾਨ ਹੋਇਆ, 1.5 ਦਰਜਨ ਤੋਂ ਵੱਧ ਪਿੰਡਾਂ ਦਾ ਸੜਕੀ ਰਾਬਤਾ ਟੁੱਟਿਆ, ਤੇ ਹਜ਼ਾਰਾਂ ਲੋਕਾਂ ਨੂੰ ਫਿਰੋਜ਼ਪੁਰ ਵੱਲੋਂ ਖਬਰ ਆਈ ਆ ਵੀ ਇੱਥੇ ਸੁਰੱਖਿਅਤ ਥਾਵਾਂ ਦੇ ਉੱਤੇ ਬਾਹਰ ਕੱਢ ਕੇ ਲਿਆਂਦਾ ਗਿਆ। ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਵੱਡੇ ਪੱਧਰ 'ਤੇ ਘੇਰਾ ਪੈ ਰਿਹਾ,
ਕਿਉਂਕਿ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਏ ਸੀ ਛੱਤੀਸਗੜ੍ਹ ਦੇ ਵਿੱਚ, ਕਿਉਂਕਿ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਕੇਜਰੀਵਾਲ ਨੂੰ ਨਾਲ ਲੈ ਕੇ ਉਹ ਗਏ ਛੱਤੀਸਗੜ੍ਹ ਦੇ ਵਿੱਚ, ਉੱਥੇ ਅਗਾਊਂ ਜਿਹੜੇ ਪ੍ਰਬੰਧ ਕਰਨ ਦੇ ਲਈ, ਚੋਣਾਂ ਦੇ ਲਈ ਪ੍ਰਚਾਰ ਕਰਨ ਦੇ ਲਈ। ਹੁਣ ਉਹ ਕੱਲ੍ਹ ਚਲੇ ਗਏ ਜੀ ਮੱਧ ਪ੍ਰਦੇਸ਼, ਤੇ ਮੱਧ ਪ੍ਰਦੇਸ਼ ਜਦੋਂ ਗਏ ਤੇ ਪਹਿਲਾਂ ਛੱਤੀਸਗੜ੍ਹ ਗਏ ਤੇ ਵਿਰੋਧੀਆਂ ਨੇ ਇਸ ਗੱਲ ਨੂੰ ਚੁੱਕਿਆ, ਉਹ ਕਹਿੰਦੇ ਵੀ ਦੇਖੋ ਪੰਜਾਬ ਡੁੱਬ ਰਿਹਾ, ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਫਿਕਰ ਆ ਵੀ ਯਾਰ ਹੋਰ ਕਿਸੇ ਸੂਬੇ ਦੇ ਵਿੱਚ ਆਪਣੀ ਸਰਕਾਰ ਬਣ ਜੇ। ਉਹ ਕਹਿੰਦੇ ਪਹਿਲਾਂ ਇਹ ਦੱਸੋ ਵੀ ਪੰਜਾਬ ਦਾ ਨੁਕਸਾਨ ਕਿਹੜੀ ਗੱਲੋਂ ਕੀਤਾ ਜਾ ਰਿਹਾ, ਪੰਜਾਬ ਦਾ ਕਸੂਰ ਕੀ ਹੈਗਾ, ਸੋ ਉਹਨਾਂ ਦੇ ਵੱਲੋਂ ਇਹ ਸਵਾਲ ਕੀਤਾ ਜਾ ਰਿਹਾ। ਇਹ ਗੱਲ ਅਰਵਿੰਦ ਖੰਨਾ ਨੇ ਵੀ ਕਹੀ ਹੈ, ਬਾਕੀ ਵਿਰੋਧੀਆਂ ਨੇ ਵੀ ਕਹੀ ਹੈ। ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਹੋਰ ਸੂਬਿਆਂ ਦਾ ਫਿਕਰ ਇੰਨਾ ਕਿਵੇਂ ਆ, ਤੇ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਪੰਜਾਬ ਦੀ ਬਾਂਹ ਫੜਨ ਦੀ ਲੋੜ ਆ, ਨਾ ਕਿ ਇਹ ਆ ਵੀ ਭਾਈ ਇੱਥੋਂ ਦਾ ਹੈਲੀਕਾਪਟਰ ਤੇ ਕੇਜਰੀਵਾਲ ਦੇ ਲਈ ਵਰਤੋਂ ਕਰਕੇ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾਵੇ। ਉਸ ਤੋਂ ਕਿ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਲਗਾਤਾਰ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦੀ ਮਦਦ ਵਾਸਤੇ ਨਿਤਰੀਆਂ, ਬਹੁਤ ਸਾਰੀਆਂ ਸ਼ਾਇਦ ਹੋਰ ਵੀ ਨਿਤਰਨਗੀਆਂ, ਪਰ ਇੱਕ ਜਾਣਕਾਰੀ ਇਹ ਹੈ ਵੀ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਹੜਾਂ ਦਾ ਕਹਿਰ ਘਟਿਆ, ਕਿਉਂਕਿ ਆਪਾਂ ਜਾਣਦੇ ਵੀ ਜਿਹੜੇ ਫਲੱਡ ਗੇਟ ਖੋਲ੍ਹੇ ਗਏ ਆ ਉਹਨਾਂ ਦੇ ਵਿੱਚੋਂ ਪਾਣੀ ਦੀ ਨਿਕਾਸੀ ਹੁਣ ਥੋੜ੍ਹੀ ਜਿਹੀ ਘਟਾਈ ਗਈ ਆ। ਜਦੋਂ ਉਹ ਘਟਾਈ ਗਈ ਆ ਤੇ ਫਿਰ ਮਤਲਬ ਇਹ ਆ ਵੀ ਜਿਹੜਾ ਪਾਣੀ ਪਹਿਲਾਂ ਮਾਰ ਕਰ ਗਿਆ ਤੇ ਹੁਣ ਉਸ ਲੈਵਲ ਦੇ ਉੱਤੇ ਪਾਣੀ ਦਾ ਵਹਾਅ ਨਹੀਂ ਹੈਗਾ। ਸੋ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ, ਜਿਹੜਾ ਨੁਕਸਾਨ ਹੋਇਆ ਉਹਦੀ ਤਾਂ ਭਰਪਾਈ ਛੇਤੀ ਕਿਤੇ ਹੋ ਨਹੀਂ ਸਕਦੀ, ਪਰ ਹੁਣ ਜਿਹੜਾ ਪਾਣੀ ਆ ਉਹ ਅੱਗੇ ਨਾਲੋਂ ਘੱਟ ਰਫਤਾਰ ਦੇ ਵਿੱਚ ਹੈ, ਅੱਗੇ ਨਾਲੋਂ ਘੱਟ ਵਹਾਅ ਦੇ ਵਿੱਚ ਜ਼ਰੂਰ ਹੈਗਾ ਜੀ। ਜੀ ਬਿਲਕੁਲ ਸਹੀ, ਤੇ ਕਹਿਣਾ ਸਾਹਿਬ ਪਿਛਲੇ ਦਿਨ ਖਬਰ ਆਈ ਸੀ ਕਿ ਹਰਜੋਤ ਸਿੰਘ ਬੈਂਸ ਹੋਰਾਂ ਦੇ ਸੱਪ ਲੜ ਗਿਆ ਸੀ ਜੀ, ਜਿਸ ਤੋਂ ਬਾਅਦ ਦੇ ਵਿੱਚ ਹੁਣ ਸੁਨੀਲ ਜਾਖੜ ਹੋਰਾਂ ਨੇ ਇਸ ਗੱਲ ਦੇ ਉੱਪਰ ਤੰਸ ਕੱਸਿਆ ਜੀ, ਕੀ ਕਹਿੰਦੇ ਨੇ ਉਹ? ਦੇਖੋ ਗੱਲ ਤਾਂ ਇਹ ਜੀ ਕਿ ਰਾਜਨੀਤੀ ਦੇ ਵਿੱਚ ਤਾਂ ਇੱਕ ਦੂਜੇ ਦੇ ਉੱਤੇ ਤੋਹਮਤਾਂ ਤੇ ਇੱਕ ਦੂਜੇ ਦੇ ਉੱਤੇ ਸ਼ਬਦ ਕੁਬਾਰ ਹੀ ਆ, ਹੋਰ ਤਾਂ ਕੁਛ ਹੈ ਨੀਗਾ। ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੀ ਹਰਜੋਤ ਸਿੰਘ ਬੈਂਸ ਦੇ ਸੱਪ ਲੜਿਆ ਤੇ ਇਹਦੇ ਉੱਤੇ ਵੀ ਕਿਸ ਤਰੀਕੇ ਦੀਆਂ ਗੱਲਾਂ ਹੋਈਆਂ। ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਹੈ, ਪੰਜਾਬ ਦੇ ਸਿੱਖਿਆ ਮੰਤਰੀ ਦਾ ਖੇਤਰ ਹੈ ਜਿਹੜਾ ਉਹ ਰੋਪੜ ਅਨੰਦਪੁਰ ਸਾਹਿਬ ਇਧਰਲਾ ਏਰੀਆ, ਤੇ ਉਹਨਾਂ ਨੇ ਇਹ ਗੱਲ ਕਹੀ ਵੀ ਆਪੇ ਪੋਸਟ ਪਾ ਕੇ ਵੀ ਪਿਛਲੇ ਦਿਨੀ ਹੜ੍ਹ ਪੀੜਿਤ ਖੇਤਰਾਂ ਦਾ ਜਾਇਜ਼ਾ ਲੈਂਦੇ ਆ ਤੇ ਮੇਰੇ ਇੱਕ ਜ਼ਹਿਰੀਲਾ ਸੱਪ ਲੜ ਗਿਆ ਸੀ ਤੇ ਜ਼ਹਿਰ ਨੇ ਅਸਰ ਬਹੁਤਾ ਨਹੀਂ ਕੀਤਾ ਵੀ ਜਾਂ ਮੈਂ ਤੁਰੰਤ ਇਲਾਜ ਕਰਵਾਇਆ ਤੇ ਹੁਣ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹਾਂ ਤੇ ਹੁਣ ਮੈਂ ਤੰਦਰੁਸਤੀ ਦੇ ਵੱਲ ਵੱਧ ਰਿਹਾ। ਉਸ ਤੋਂ ਬਾਅਦ ਕਈ ਲੋਕਾਂ ਨੇ ਕਈ ਤਰ੍ਹਾਂ ਦੀ ਟਿੱਪਣੀ ਕੀਤੀ ਤੇ ਫਿਰ ਹੁਣ ਸੁਨੀਲ ਜਾਖੜ ਹੋਰਾਂ ਨੇ ਟਿੱਪਣੀ ਕੀਤੀ ਆ। ਸੁਨੀਲ ਜਾਖੜ ਹੋਰੀ ਇਹ ਕਹਿੰਦੇ ਆ, ਉਹ ਕਹਿੰਦੇ ਜੀ ਉਹਨਾਂ ਨੇ ਪੋਸਟ ਪਾ ਕੇ ਨਾ ਇੱਕ ਸੱਪ ਸੀੜੀ ਵਾਲੀ ਜਿਹੜੀ ਖੇਡ ਹੁੰਦੀ ਆ ਤੇ ਉਹ ਫੋਟੋ ਪੋਸਟ ਕੀਤੀ ਤਾਂ ਉੱਤੇ ਲਿਖਿਆ ਵੀ ਤੁਸੀਂ ਤੰਦਰੁਸਤੀ ਵੱਲ ਵੱਧ ਰਹੇ ਹੋ, ਬਹੁਤ ਚੰਗੀ ਗੱਲ ਆ, ਮੈਨੂੰ ਬੜੀ ਤਸੱਲੀ ਹੋਈ ਵੀ ਤੁਸੀਂ ਤੰਦਰੁਸਤੀ ਵੱਲ ਵੱਧ ਰਹੇ ਆ। ਪਰ ਤੁਸੀਂ ਇਹ ਦੇਖੋ ਵੀ ਇਹ ਇੱਕ ਸਧਾਰਨ ਸੱਪ ਸੀ, ਘੱਟ ਜ਼ਹਿਰ ਵਾਲਾ, ਜਿਹਦਾ ਇਲਾਜ ਤੁਹਾਡੇ ਕੋਲੇ ਹੈ, ਪਰ ਰਾਜਨੀਤੀ ਦੇ ਵਿੱਚ ਉਹ ਕੁਝ ਵੀ ਹੁੰਦਾ ਜਿਹੜਾ ਕੁਝ ਪਾਣੀ ਤੇ ਝਾੜੀ ਦੇ ਵਿੱਚ ਲੁਕਿਆ ਨਹੀਂ ਜਾ ਸਕਦਾ। ਕੁਛ ਇਸ ਤਰੀਕੇ ਦਾ ਤੰਦ ਉਹਨਾਂ ਨੇ ਕੱਸਿਆ, ਮਤਲਬ ਕਿਸੇ ਤੇ ਸੱਪ ਲੜਿਆ, ਕਿਸੇ ਦੇ ਵੱਲੋਂ ਮਿਹਣਾ ਦਿੱਤਾ ਜਾਂਦਾ, ਕਿਸੇ ਦੇ ਵੱਲੋਂ ਕੁਛ ਕਿਹਾ ਜਾਂਦਾ, ਕਿਸੇ ਦੇ ਵੱਲੋਂ ਕੁਛ ਕਿਹਾ ਜਾਂਦਾ, ਇਹ ਸਾਡੇ ਪੰਜਾਬ ਦੀ ਰਾਜਨੀਤੀ ਦਾ ਹਿੱਸਾ, ਸੋ ਇਦਾਂ ਚੱਲਦਾ ਰਹਿੰਦਾ। ਮੈਂ ਤਾਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਆਪਾਂ ਨੂੰ ਡੁੱਬਦੇ ਹੋਏ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ, ਆਪਾਂ ਨੂੰ ਡੁੱਬ ਰਹੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਆ, ਆਪਾਂ ਨੂੰ ਡੁੱਬ ਰਹੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣੀ ਚਾਹੀਦੀ ਆ। ਆ ਕਿਸੇ ਦੇ ਸੱਪ ਲੜ ਗਿਆ ਆਪਾਂ ਟਿੱਪਣੀ ਕਰ ਦਈਏ, ਕਿਸੇ ਨੂੰ ਸੱਪ ਸੀੜੀ ਦੀ ਖੇਡ ਕੇ ਗਏ, ਕੋਈ ਚੀਕੂ ਤਾਂ ਸੀਤਾ ਫਲ ਪਿੱਛੇ ਲੜ ਪਏ, ਕੋਈ ਅਮਰੂਦ ਦਾ ਬੀਜ ਰੋ ਢਿੱਡ 'ਚ ਫਸ ਗਿਆ, ਪੀੜਾਂ ਬੜੀਆਂ ਪੈਂਦੀਆਂ, ਆਹ ਗੱਲ ਕਵੇ, ਕੋਈ ਕੁਛ ਹੋਰ ਕਹੀ ਜਾਵੇ, ਇਹਦੀ ਕੋਈ ਤੁੱਕ ਨਹੀਂ ਬਣਦੀ। ਕਿ ਇਸ ਵੇਲੇ ਤਾਂ ਲੋੜ ਗੰਭੀਰਤਾ ਦੇ ਨਾਲ ਸੋਚਣ ਦੀ ਆ ਕਿ ਭਾਈ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਬਾਕੀ ਇਹ ਆ ਵੀ ਆਪਦੇ ਆਪ ਨੂੰ ਸਹੀ ਦਰਸਾਉਣ ਨਾਲ ਕੁਝ ਨਹੀਂ ਹੋਣਾ, ਲੋਕ ਜੇਕਰ ਸਹੀ ਮੰਨਣਗੇ ਤਾਂ, ਜੇਕਰ ਲੋਕ ਇਹ ਗੱਲ ਕਹਿਣਗੇ ਵੀ ਫਲਾਣੀ ਧਿਰ ਨੇ ਫਲਾਣੀ ਪਾਰਟੀ ਨੇ ਸਾਡੀ ਬਹੁਤ ਮਦਦ ਕੀਤੀ ਇਸ ਔਖੇ ਵੇਲੇ ਦੇ ਵਿੱਚ, ਤਾਂ ਗੱਲ ਬਣਦੀ, ਨਹੀਂ ਤਾਂ ਕੋਈ ਗੱਲ ਨਹੀਂ ਬਣਨੀ। ਜੀ ਬਿਲਕੁਲ ਸਹੀ ਗਿਆ ਤੁਸੀਂ, 100% ਤੁਹਾਡੀ ਗੱਲ ਸਹੀ ਹੈ ਜੀ। ਖੈਰ ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਮੋਹਾਲੀ ਦੇ ਵਿੱਚ, ਕਹਿੰਦੇ ਤਿਰੰਗਾ ਰੈਲੀ ਰੋਕਣ ਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ। ਇਹ ਬੜੀ ਮੂਰਖਤਾ ਵਾਲੀ ਗੱਲ ਹੈ ਜੀ, ਮੈਂ ਇਸ ਗੱਲ ਦੇ ਉੱਤੇ ਬੜਾ ਹੈਰਾਨ ਹਾਂ ਵੀ ਆਹ ਕੁਝ ਸਾਡੇ ਸਮਾਜ ਦੇ ਵਿੱਚ ਕੀ ਕੁਛ ਕਰੀ ਜਾਂਦੇ ਆ, ਕਈ ਲੋਕਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ, ਤੇ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਇਹਨਾਂ ਲੋਕਾਂ ਦੀ ਮਤ ਨੂੰ ਹੋ ਕੀ ਗਿਆ। ਕਿਉਂਕਿ ਦੇਖੋ ਤੁਸੀਂ ਆਪਦੇ ਵਿਚਾਰ ਆ ਜਿਹੜੇ ਉਹ ਦੂਜੇ ਦੇ ਉੱਤੇ ਥੋਪ ਨਹੀਂ ਸਕਦੇ, ਕੋਈ ਤਿਰੰਗੇ ਦਾ ਸਨਮਾਨ ਨਾ ਕਰਦਾ ਹੋਵੇ ਤਾਂ ਇਹ ਥੋੜੀ ਕਹਿ ਸਕਦਾ ਵੀ ਭਾਈ ਤੂੰ ਵੀ ਨਾ ਕਰ, ਤੁਹਾਡੀ ਆਪਦੀ ਇੱਛਾ, ਜੇ ਤੁਹਾਨੂੰ ਨਹੀਂ ਲੱਗਦਾ ਵੀ ਭਾਈ ਇਹਦਾ ਸਨਮਾਨ ਨਹੀਂ ਕਰਨਾ ਤੇ ਫਿਰ ਤੁਸੀਂ ਭਾਈ ਕਿਤੇ ਹੋਰ ਪ੍ਰਬੰਧ ਕਰ ਲਓ। ਗੱਲ ਤਾਂ ਇਹ ਆ, ਕਹਿਣ ਦਾ ਭਾਵ ਇਹ ਜੀ ਕਿ ਅਸੀਂ ਤਿਰੰਗੇ ਦਾ ਸਨਮਾਨ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ, ਤੇ ਤੁਸੀਂ ਹਰ ਇੱਕ ਥਾਂ ਦੇ ਉੱਤੇ ਇੱਟ ਖੜਕਾ ਹੀ ਚੱਲੇ। ਆ ਮੈਂ ਕੱਲ੍ਹ ਹੁਣ ਇੰਗਲੈਂਡ ਦੀ ਇੱਕ ਵੀਡੀਓ ਦੇਖੀ ਲੰਡਨ ਦੀ, ਉਹਦੇ ਵਿੱਚ ਇੱਕ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਲੱਗੀ ਜਾਂਦੇ ਆ, ਦੂਜੇ ਪਾਸੇ ਖਾਲਿਸਤਾਨ ਦੇ ਨਾਰੇ ਲੱਗੀ ਜਾਂਦੇ ਆ, ਤੇ ਜੇ ਅਸੀਂ ਇਹੀ
ਕੜੀ ਘੋਲਣੀ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ, ਤੇ ਫਿਰ ਇੱਥੇ ਹੀ ਘੋਲ ਲਿਆ ਕਰੋ, ਇੱਥੇ ਤਾਂ ਆਪਾਂ ਨੂੰ ਆਦਤ ਵੀ ਹੈਗੀ ਆ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਜਿੱਥੇ ਕਿ ਅਸੀਂ ਚੰਗੀ ਜ਼ਿੰਦਗੀ ਲਈ ਜਾਂਦੇ ਹਾਂ, ਅਸੀਂ ਚੰਗੇ ਰੁਜ਼ਗਾਰ ਲਈ ਜਾਂਦੇ ਹਾਂ, ਉੱਥੇ ਉਹ ਚਵਲਾਂ ਫਿਰ ਸ਼ੁਰੂ ਕਰ ਦਿੰਦੇ ਆ, ਤੇ ਫਿਰ ਕਹਿ ਦਿੰਦੇ ਵੀ ਭਾਈ ਨਹੀਂ ਨਹੀਂ ਅਸੀਂ ਤਾਂ ਸਹੀ ਆ, ਸਾਨੂੰ ਸਾਡਾ ਹੱਕ ਇੱਥੇ ਮਿਲਣਾ ਚਾਹੀਦਾ। ਤੁਸੀਂ ਪਹਿਲਾਂ ਇੱਥੇ ਤਾਂ ਆ ਕੇ ਲੈ ਲਓ, ਦੂਜੇ ਦੇਸ਼ਾਂ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਮਾਹੌਲ ਖਰਾਬ ਕਰੋਗੇ ਜਿਹੜੇ ਲੋਕ ਹੁਣ ਜਾਣਾ ਚਾਹੁੰਦੇ ਆ। ਇੱਥੇ ਕੱਲ ਨੂੰ ਵੀਜ਼ੇ ਬੰਦ ਹੋ ਗਏ, ਸਖਤਾਈ ਹੋ ਗਈ, ਤੇ ਫਿਰ ਤੁਸੀਂ ਕਿਹਨੂੰ ਬੁਲਾ ਲਓਗੇ? ਗੱਲ ਇਹ ਵੀ ਅਸੀਂ ਹਰ ਥਾਂ ਦੇ ਉੱਤੇ ਜਾ ਕੇ ਆਪਦਾ ਰਾਗ ਅਲਾਪਦੇ ਹਾਂ, ਉਹਦਾ ਸਿੱਟਾ ਕੋਈ ਨਿਕਲੇ ਨਾ ਨਿਕਲੇ। ਆ ਹੁਣ ਕੱਲ ਡਰਬੀ ਦੇ ਵਿੱਚ ਇੱਕ ਟੂਰਨਾਮੈਂਟ ਹੋਇਆ, ਉਸ ਟੂਰਨਾਮੈਂਟ ਦੇ ਵਿੱਚ 6 ਰਾਊਂਡ ਫਾਇਰ ਕੀਤੇ ਗਏ ਆ, ਉੱਥੇ ਡਾਂਗਾਂ ਚੱਲੀਆਂ, ਉੱਥੇ ਬੰਦਿਆਂ ਨੂੰ ਲੰਮੇ ਪਾ ਪਾ ਕੇ 2-3 ਧਿਰਾਂ ਨੇ ਕੁੱਟਿਆ, ਹਰ ਇੱਕ ਦਾ ਮੂੰਹ ਜਿਹੜਾ ਉਹ ਨਕਾਬ ਦੇ ਨਾਲ ਢੱਕਿਆ ਹੋਇਆ। ਵੀ ਜੇ ਇੰਨੀ ਸੂਰਮੇ ਆ ਫਿਰ ਪੁਲਿਸ ਦੇ ਕੋਲੋਂ ਕਿਉਂ ਡਰਦੇ ਆ? ਫਿਰ ਤੁਸੀਂ ਚਾਹੁੰਦੇ ਵੀ ਸਾਡੀ ਪਛਾਣ ਵੀ ਨਾ ਉਜਾਗਰ ਹੋਵੇ? ਸੋ ਆਹ ਅਸੀਂ ਬਾਂਦਰਪੁਣਾ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵੀ ਜਾ ਕੇ ਕਰਦੇ ਆ, ਇਹਦੇ ਉੱਤੇ ਕਦੇ ਕਦੇ ਹੈਰਾਨੀ ਹੁੰਦੀ ਆ। ਪਰ ਜਿਹੜੀ ਤਿਰੰਗਾ ਯਾਤਰਾ ਵਾਲੀ ਗੱਲ ਤੁਸੀਂ ਕੀਤੀ ਆ, ਇਹ ਤਿਰੰਗਾ ਯਾਤਰਾ ਬਹਿਲੋਲਪੁਰ ਪਿੰਡ ਆ ਜੀ ਮੋਹਾਲੀ ਦੇ ਵਿੱਚ, ਇੱਥੇ ਬੱਚਿਆਂ ਦੀ ਤਿਰੰਗਾ ਯਾਤਰਾ ਨਿਕਲ ਰਹੀ ਸੀ। ਇੱਕ ਸਕੂਲ ਦੇ ਬੱਚੇ ਆ, ਸਕੂਲ ਦੇ ਵੱਲੋਂ ਸ਼ਾਇਦ ਪ੍ਰਬੰਧ ਕੀਤਾ ਗਿਆ ਤਿਰੰਗਾ ਯਾਤਰਾ ਦਾ, ਬੱਚੇ ਜਾ ਰਹੇ ਆ, ਪਰ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਤਿਰੰਗੇ ਫੜੇ, ਟੀਚਰ ਵੀ ਨਾਲ। ਇੱਕ ਬੰਦਾ ਕਾਰ ਤੇ ਆਉਂਦਾ, ਉਹਨਾਂ ਬੱਚਿਆਂ ਨੂੰ ਕਹਿੰਦਾ ਕੋਈ ਤਿਰੰਗਾ ਯਾਤਰਾ ਨਹੀਂ ਕੱਢਣੀ, ਆਪਣਾ ਤਿਰੰਗੇ ਨਾਲ ਕੋਈ ਸੰਬੰਧ ਨਹੀਂ ਗਾ, ਆਪਣਾ ਇੱਕ ਵੱਖਰਾ ਸੂਬਾ, ਇੱਥੇ ਤਿਰੰਗਾ ਤਰੁੰਗਾ ਰਹਿਣ ਦਿਓ, ਵਾਪਸ ਕਰੋ ਤਿਰੰਗਾ। ਉੱਥੇ ਵੀ ਟੀਚਰ ਵੀ ਘਬਰਾ ਜਾਂਦੇ ਆ, ਉਹ ਉਹਨਾਂ ਬੱਚਿਆਂ ਤੋਂ ਤਿਰੰਗਾ ਵਾਪਸ ਲੈ ਲੈਂਦੇ ਆ। ਹਾਲਾਂਕਿ ਪਹਿਲਾਂ ਟੀਚਰ ਇਹ ਗੱਲ ਕਹਿੰਦੇ ਵੀ ਇਹ ਮਨਰੇਗਾ ਦੇ ਤੌਰ ਦੇ ਉੱਤੇ ਕੱਢੀ ਜਾ ਰਹੀ ਆ, ਤੇ ਤਿਰੰਗਾ ਯਾਤਰਾ ਦੇ ਵਿੱਚ ਮਾੜਾ ਕੀ ਆ, ਪਰ ਉਹਦਾ ਹੋਰ ਹੀ ਭਾਸ਼ਣ ਦਿੰਦਾ, ਸਾਡੇ ਨਾਲ ਸਾਡਾ ਤਿਰੰਗੇ ਨਾਲ ਕੋਈ ਸੰਬੰਧ ਨਹੀਂ ਹੈਗਾ, ਤੁਸੀਂ ਆਪਾਂ ਇੱਕ ਵੱਖਰੇ ਹੈਗੇ ਆ, ਮਿਹਨਤ ਕਰੋ, ਦੇਸ਼ ਭਗਤੀ ਦੀ ਇਹੋ ਜਿਹੀ ਭਾਵਨਾ ਪੈਦਾ ਕਰਨ ਦੀ ਲੋੜ ਨਹੀਂ ਹੈਗੀ। ਤੇ ਉਹ ਆਹ ਗੱਲਾਂ ਕਹਿ ਕੇ ਆਪਦਾ ਤੋੜਾ ਤਾੜਾ ਝਾੜ ਕੇ ਤੁਸੀਂ ਚਲਾ ਜਾਂਦਾ। ਮੈਂ ਸੋਚਦਾ ਦੇਖ ਤੁਸੀਂ ਸੂਰਮਾ, ਤੂੰ ਆਪਦਾ ਚਿਹਰਾ ਵੀ ਨੀ ਸਾਹਮਣੇ ਲਿਆਉਂਦਾ, ਤੂੰ ਕਾਰ ਦੇ ਵਿੱਚ ਬੈਠ ਕੇ ਬੱਚੇ ਹੀ ਦਿਖਾਈ ਜਾਂਦਾ। ਜਾਂ ਤਾਂ ਕਹਿ ਵੀ ਮੈਂ ਆਹਾਂ ਵੀ ਜਿਹਦੇ ਮੇਰੇ ਨਾਲ ਵਿਚਾਰ ਕਰਨੀ ਆ ਇਸ ਨੰਬਰ ਦੇ ਉੱਤੇ, ਤੇ ਆਹ ਮੇਰਾ ਚਿਹਰਾ ਤੇ ਇਹਦੇ ਨਾਲ ਵਿਚਾਰ ਕਰ ਲਓ। ਕਦੇ ਕੰਧ ਤੇ ਕੁਛ ਲਿਖ ਕੇ ਭਾਜੋ, ਕਦੇ ਦਫ਼ਤਰ ਦੀ ਕੰਧ ਤੇ ਕੁਛ ਲਿਖ ਕੇ ਭਾਜੋ, ਕਦੇ ਕੁਛ ਹੋਰ ਕਰ ਦਿਓ। ਵੀ ਇਹ ਗੱਲਾਂ ਸ਼ੋਭਦੀਆਂ ਨਹੀਂ ਹੈਗੀਆਂ, ਵੀ ਆਪਾਂ ਸਾਬਤ ਕੀ ਕਰਨਾ ਚਾਹੁੰਦੇ ਹਾਂ? ਅੱਜ ਪੰਜਾਬ ਦੇ ਮੂਹਰੇ ਸਮੱਸਿਆਵਾਂ ਕਿਹੜੀਆਂ ਕਿਹੜੀਆਂ, ਪੰਜਾਬ ਪਾਣੀ 'ਚ ਡੁੱਬ ਰਿਹਾ, ਆਪਾਂ ਕਿਹੜੀਆਂ ਗੱਲਾਂ ਕਰਦੇ ਹਾਂ? ਅਗਲੀ ਗੱਲ ਇਹ ਆ ਵੀ ਜੇ ਆਪਾਂ ਨੂੰ ਇਹ ਲੱਗਦਾ ਜੀ ਕਿ ਤੁਸੀਂ ਸਹੀ ਹੋ, ਤੇ ਭਾਈ ਪਹਿਲਾਂ ਜਾ ਕੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਘਰ ਦੇ ਵਿੱਚ ਆਟਾ ਤਾਂ ਫੜਾਓ, ਪਹਿਲਾਂ ਉਹਦੇ ਬੱਚਿਆਂ ਦੀ ਫੀਸ ਤਾਂ ਦੇ ਆਓ, ਪਹਿਲਾਂ ਜਾ ਕੇ ਡਿਬਰੂਗੜ੍ਹ ਦੇ ਵਿੱਚ ਮਿਲਤਾ ਆਓ, ਵੀ ਆਪਾਂ ਤੂੰਬਾ ਲਾਇਆ ਕੰਧ ਤੇ। ਵੀ ਗੱਲ ਤਾਂ ਇਹ ਵੀ ਉਹਨਾਂ ਲੋਕਾਂ ਦੀ ਸਾਰਤਾ ਲਾਓ ਜਿਹੜੇ ਲੋਕ ਇਸ ਵੇਲੇ ਇਹੀ ਗੱਲਾਂ ਕਹਿੰਦੇ ਕਹਿੰਦੇ ਜੇਲ੍ਹ ਤੱਕ ਪਹੁੰਚ ਗਏ ਆ, ਉਹਨਾਂ ਦੀ ਗੱਲ ਨਹੀਂ ਕਰਨੀ, ਪਰ ਆਪਦੀ ਗੱਲ ਕਹਿ ਕੇ ਭਾਜੋ, ਹਾਲਾਤ ਇਹ ਬਣੇ ਪਏ ਜੀ। ਜੀ ਬਿਲਕੁਲ ਸਹੀ ਕਹਿ ਸਾਹਿਬ, ਅੱਗੇ ਵਧਦੇ ਆ। ਹੁਣ ਗੱਲ ਕਰਦੇ ਆ ਜੀ ਸਿੱਧੂ ਮੂਸੇਵਾਲੇ ਦੀ ਮਾਤਾ ਦੀ, ਕਹਿੰਦੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣਾ ਦਰਦ ਸਾਂਝਾ ਕੀਤਾ ਜੀ। ਹਾਂ ਬਿਲਕੁਲ ਜੀ ਬਿਲਕੁਲ, ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਦਰਦ ਸਾਂਝਾ ਕੀਤਾ ਗਿਆ, ਕਿਉਂਕਿ ਉਹ ਹਰ ਐਤਵਾਰ ਜਿਹੜੇ ਉਹ ਲੋਕਾਂ ਨੂੰ ਸੰਬੋਧਨ ਕਰਦੇ ਹੁੰਦੇ ਆ ਜਿਹੜੇ ਉੱਥੇ ਆਉਂਦੇ ਆ ਮੂਸਾ ਪਿੰਡ ਦੇ ਵਿੱਚ। ਪਰ ਕੱਲ ਉਹਨਾਂ ਨੇ ਆਪਣੀ ਪੋਸਟ ਪਾ ਕੇ ਦੁੱਖ ਸਾਂਝਾ ਕੀਤਾ। ਉਹਨਾਂ ਨੇ ਲਿਖਿਆ ਜੀ ਕਿ ਪੁੱਤਰ, ਜੇਕਰ ਮੈਨੂੰ ਪਤਾ ਹੁੰਦਾ ਕਿ ਤੇਰੇ ਇੰਨੇ ਵੈਰੀ ਬਣ ਜਾਣਗੇ ਤਾਂ ਮੈਂ ਕਦੇ ਵੀ ਤੈਨੂੰ ਇੰਨੀ ਤਰੱਕੀ ਨਾ ਕਰਨ ਦਿੰਦੀ। ਸੋ ਇੱਕ ਮਾਂ ਦੇ ਵੱਲੋਂ ਆਪਣੀ ਦਰਦ ਕਹਾਣੀ, ਆਪਣੀ ਵਿਥਿਆ ਜਿਹੜੀ ਉਹ ਸਾਂਝੀ ਕੀਤੀ ਗਈ ਆ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ, ਕਿਹੜੇ ਕਿਹੜੇ ਪਾਸੇ ਨੂੰ ਹਾਲਾਤ ਮੋੜ ਘੱਟ ਰਹੇ ਆ। ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਯੋਧਿਆ ਵਾਲੀਆਂ ਫੋਟੋਆਂ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਸੀਗੀ। ਉਹਨਾਂ ਨੇ ਕਿਹਾ ਸੀ ਕਿ ਦੇਖੋ ਜਿਹੜੀ ਦਿੱਲੀ ਦੀ ਪੁਲਿਸ ਆ ਉਹਦੇ ਕੋਲੇ ਜਿਹੜਾ ਹੈਗਾ ਸਚਿਨ ਥਾਪਨ ਤੇ ਉਹਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਅਸੀਂ ਤਾਂ ਜੀ ਅਯੋਧਿਆ ਦੇ ਇੱਕ ਫਾਰਮ ਹਾਊਸ ਦੇ ਵਿੱਚ ਪ੍ਰੈਕਟਿਸ ਕੀਤੀ ਸੀ, ਇੱਕ ਨੇਤਾ ਦੇ ਫਾਰਮ ਹਾਊਸ ਤੇ ਪ੍ਰੈਕਟਿਸ ਕੀਤੀ ਸੀ ਸਿੱਧੂ ਦਾ ਕਤਲ ਕਰਨ ਦੇ ਲਈ, ਤੇ ਉਹਦੇ ਮੋਬਾਈਲ ਦੇ ਵਿੱਚੋਂ ਲਖਨਊ ਦੀਆਂ ਤੇ ਹੋਰ ਵੱਖ ਵੱਖ ਥਾਵਾਂ ਦੀਆਂ ਫੋਟੋ ਨਿਕਲੀਆਂ ਜਿੱਥੇ ਸਾਰੇ ਗੈਂਗਸਟਰ ਕਪਿਲ ਪੰਡਿਤ ਵੀ ਆ, ਜਿੱਥੇ ਸਚਿਨ ਭਵਾਨੀ ਵੀ ਆ, ਹੋਰ ਵੀ ਹੈਗੇ ਆ। ਸੋ ਸਿੱਧੂ ਦੇ ਪਿਤਾ ਨੇ ਗੱਲ ਕਹੀ ਵੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਗੈਂਗਵਾਰ ਦਾ ਨਤੀਜਾ ਨਹੀਂ ਆ, ਇਹ ਕੁਝ ਕਲਾਕਾਰਾਂ ਤੇ ਕੁਝ ਰਾਜਨੀਤਿਕ ਲੋਕਾਂ ਦੇ ਵੱਲੋਂ ਸਾਰਾ ਕੁਝ ਪਲਾਨ ਕਰਕੇ ਕਰਵਾਇਆ ਗਿਆ ਕਤਲਾ। ਸੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ NIA ਦੇ ਉੱਤੇ ਤਾਂ ਹੁਣ ਯਕੀਨ ਹੈਗਾ ਪਰ ਪੰਜਾਬ ਦੀ ਪੁਲਿਸ ਦੇ ਉੱਤੇ ਨਹੀਂ ਆ। ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇੱਕ ਰਾਜਨੀਤਿਕ ਵਿਅਕਤੀ ਦੇ ਫਾਰਮ ਹਾਊਸ ਦੇ ਉੱਤੇ ਗੈਂਗਸਟਰ ਕਰਦੇ ਰਹੇ ਪ੍ਰੈਕਟਿਸ, ਤੇ ਉਹ ਵੀ ਹੈਰਾਨੀ ਵਾਲੀ ਗੱਲ ਆ, ਕਿਉਂਕਿ ਅਯੋਧਿਆ ਪੈਂਦਾ UP ਦੇ ਵਿੱਚ। UP ਦੇ ਵਿੱਚ ਯੋਗੀ ਆਦਿੱਤਿਆ ਨਾਥ ਦੀ ਸਰਕਾਰ ਹੈ। ਯੋਗੀ ਸਰਕਾਰ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਉਹਨਾਂ ਨੇ ਉੱਥੇ ਰਾਮ ਰਾਜ ਲਿਆਤਾ ਤੇ ਉੱਥੇ ਗੈਂਗਸਟਰ ਖਤਮ ਕਰਤੇ ਆ, ਪਰ ਅਯੋਧਿਆ ਦੇ ਵਿੱਚ ਗੈਂਗਸਟਰ ਪ੍ਰੈਕਟਿਸ ਕਰਦੇ ਆ, ਤੇ ਫਿਰ ਤਾਂ ਯੋਗੀ ਸਰਕਾਰ ਦੇ ਉੱਤੇ ਵੀ ਸਵਾਲ ਖੜਾ ਹੁੰਦਾ। ਸੋ ਉਸ ਨੇਤਾ ਦਾ ਨਾਂ ਨਸ਼ਰ ਕਰਨਾ ਚਾਹੀਦਾ ਜਿਹੜੇ ਨੇਤਾ ਦੇ ਫਾਰਮ ਹਾਊਸ ਦੇ ਉੱਤੇ ਇਹ ਕੁਝ ਹੁੰਦਾ ਰਿਹਾ,
उस नेता का नाम पता नहीं क्यों नहीं सामने लिया जा रहा है जी। जी बिल्कुल सही। सो खैर बहुत बहुत शुक्रिया सर, अज दे लई इन्ना ही जी, फिर विचारां दी सांझ पावांगे। मेहरबानी, बहुत मेहरबानी।